ਚੈਨਲ ਜਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ। ਇਮੀ ਜਿਹੜੀ ਪਰਮਾਨੈਂਟ ਰੈਜ਼ਿਡੈਂਟਸ ਦਾ ਟਾਰਗੇਟ ਆ ਇਮੀਗ੍ਰੇਸ਼ਨ ਲੈਵਲ ਪਲਾਨ ਜਿਹੜੀ ਅੱਜ ਰਿਲੀਜ਼ ਕੀਤੀ ਆ ਸਰਕਾਰ ਨੇ। ਉਹਦੇ ਵਿੱਚ ਸਰਕਾਰ ਨੇ ਅਨਾਉਂਸ ਕੀਤਾ ਆ ਕਿ ਅਸੀਂ ਇਹਦੇ ਵਿੱਚ ਗਿਣਤੀ ਘਟਾ ਰਹੇ ਆ ਪਰਮਾਨੈਂਟ ਰੈਜ਼ਿਡੈਂਟਸ ਦੀ ਜਿਹੜਾ ਟਾਰਗੇਟ ਆ ਉਹਦੇ ਉੱਤੇ। ਮਤਲਬ ਜਿਹੜਾ ਕਿ 5 ਲੱਖ ਦੇ ਕਰੀਬ ਸੀਗਾ ਉਹਨੂੰ ਇਹਨਾਂ ਨੇ ਘਟਾ ਕੇ ਤੇ ਥੱਲੇ ਲਿਆਉਣਾ ਸ਼ੁਰੂ ਕਰ ਦਿੱਤਾ। 2025 ਦੇ ਵਿੱਚ 395000 ਜਿਹੜਾ ਸੀਗਾ ਤੇ 485000 ਟਾਰਗੇਟ 2024 ਦੇ ਲਈ 25 ਦੇ ਲਈ ਤੇ ਨਾਲ ਜਿਹੜਾ 24 ਦੇ ਲਈ 485000 ਤੇ ਇਸੇ ਤਰੀਕੇ ਦੇ ਨਾਲ ਹੀ ਜਿਹੜਾ 26 ਦੇ ਵਿੱਚ 380000 ਤੇ 27 ਦੇ ਵਿੱਚ 365000 ਜਿਹੜੇ ਆ ਉਹਨਾਂ ਲੋਕਾਂ ਨੂੰ ਪੱਕਾ ਕੀਤਾ ਜਾਊਗਾ ਜਿਹੜਾ ਕਿ ਪਹਿਲਾਂ 5 ਲੱਖ ਸੀ ਸੋ ਉਹਨੂੰ ਘਟਾ ਕੇ ਉਹ ਘਟਦਾ ਘਟਦਾ ਅ ਇਸ ਵੇਲੇ 26 ਦੇ ਵਿੱਚ ਜਿਹੜਾ ਉਹ 380000 ਤੇ ਫੇਰ 27 ਦੇ ਵਿੱਚ 365000 ਦੇ ਉੱਤੇ ਆ ਗਿਆ ਇੱਕ ਬਹੁਤ ਵੱਡਾ ਕੱਟ ਆ ਇੱਕ ਬਹੁਤ ਜਿਹੜਾ ਵੱਡਾ ਕੱਟ ਦੱਸਿਆ ਜਾ ਰਿਹਾ ਇਸ ਵੇਲੇ 25 ਦੇ ਵਿੱਚ 395000 ਫਿਰ 380000 26 ਚ ਤੇ 27 ਦੇ ਵਿੱਚ 3 ਲੱਖ 65000 5 ਲੱਖ ਤੋਂ ਜਦੋਂ ਵੀ ਗ੍ਰਿਸ਼ਪੋਲਿਸੀ ਬਾਰੇ ਗੱਲਬਾਤ ਹੁੰਦੀ ਸੀ ਤਾਂ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਜਾਂਦੇ ਸੀ ਕੁਝ ਲੋਕ ਕਹਿੰਦੇ ਸੀ ਵੀ ਜਿੱਦਾਂ ਬਾਕੀ ਮੁਲਕਾਂ ਦੇ ਵਿੱਚ ਹੁੰਦਾ ਕੈਨੇਡਾ ਨੇ ਵੀ ਉਸੇ ਤਰ੍ਹਾਂ ਹੀ ਕਰਨਾ ਪਹਿਲਾਂ ਕਿਸੇ ਵੇਲੇ ਇੰਗਲੈਂਡ ਦੇ ਵਿੱਚ ਲੋਕ ਜਾਂਦੇ ਸੀ ਪੱਕੇ ਹੋ ਗਏ ਫਿਰ ਉੱਥੇ ਸ਼ਕਤੀ ਹੋ ਗਈ ਫਿਰ ਅਮਰੀਕਾ ਸ਼ੁਰੂ ਹੋ ਗਏ ਅਮਰੀਕਾ ਦੇ ਵਿੱਚ ਉਹੀ ਕੁਝ ਹੋਇਆ ਤੇ ਫਿਰ ਐਕਟਿਵੇਟਲੀ ਆਸਟ੍ਰੇਲੀਆ ਦੇ ਵਿੱਚ ਤੇ ਹੁਣ ਕੈਨੇਡਾ ਨੇ ਵੀ ਉਹੀ ਚੀਜ਼ ਨੂੰ ਕਰਨਾ ਪਰ ਦਲੀਲ ਦਿੱਤੀ ਜਾਂਦੀ ਸੀ ਕਿ ਇਮੀਗ੍ਰੇਸ਼ਨ ਤੋਂ ਬਿਨਾ ਕੈਨੇਡਾ ਦਾ ਸਾਰ ਨਹੀਂ ਸਕਦਾ ਜੇ ਇੱਥੇ ਬੰਦੇ ਨਹੀਂ ਹੋਣਗੇ ਕਿਉਂਕਿ ਅਜੇ ਵੀ ਉਹੀ ਦਲੀਲ ਆ ਕਿ ਜਾਂ ਤੇ ਇੱਥੇ ਪੋਪੂਲੇਸ਼ਨ ਦੇ ਵਿੱਚ ਬਜ਼ੁਰਗ ਜ਼ਿਆਦਾ ਆ ਜਾਂ ਬੱਚੇ ਜ਼ਿਆਦਾ ਆ ਜਿਹੜੀ ਕੰਮ ਕਰਨ ਵਾਲੀ ਪੀੜ੍ਹੀ ਆ ਜਾਂ ਵਰਗ ਆ ਉਹ ਇੱਥੇ ਹੈ ਨਹੀਂ ਜਿਹੜੇ ਜਿੰਨੀਆਂ ਮਨਿਸਟਰ ਜਿੰਨੇ ਪ੍ਰਧਾਨ ਮੰਤਰੀ ਪਹਿਲਾਂ ਜਿੰਨੇ ਵਿਰੋਧੀ ਧਿਰ ਦੇ ਆ ਕੋ ਇਹਹੀ ਸਟੇਟਮੈਂਟਾਂ ਦਿੰਦੇ ਸੀ ਇਹਹੀ ਸਟੇਟਮੈਂਟਾਂ ਖੁਾਰਾ ਦੇ ਵਿੱਚ ਸ਼ਪਤੀਆਂ ਸੀ ਕਿ ਕੈਨੇਡਾ ਨੂੰ ਇਮੀਗ੍ਰੇਸ਼ਨ ਦੀ ਲੋੜ ਆ ਬਈ ਫਿਰ ਇਹਨਾਂ ਨੇ ਜਦੋਂ ਹੁਣ ਬਹੁਤ ਕੁਝ ਜਿਹੜਾ ਬਦਲ ਗਿਆ ਉਹਦੇ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਇਮੀਗ੍ਰੇਸ਼ਨ ਦੇ ਵਿੱਚ ਸਖਤੀ ਕਰਨੀ ਚਾਹੀਦੀ ਆ ਸਖਤੀ ਕਰਨ ਦਾ ਮਤਲਬ ਇਹ ਸੀਗਾ ਲੋਕ ਇਹ ਸਮਝਦੇ ਸੀ ਕਿ ਜਿਹੜਾ ਪਰਮਾਨੈਂਟ ਰੈਜ਼ੀਡੈਂਟਸ ਦਾ ਇੱਕ ਸੈੱਟ ਟਾਰਗੇਟ ਆ ਉਹ ਤੋਂ ਥੱਲੇ ਨਹੀਂ ਹੋਣਾ ਉਹ 5 ਲੱਖ ਜਾਂ 5 ਲੱਖ ਤੋਂ ਵੱਧ ਹੀ ਹੋਣਾ ਹੌਲੀ ਹੌਲੀ ਕਿਉਂਕਿ ਲੋਡ ਵਧੀ ਜਾਣੀ ਆ ਬਾਕੀ ਇਹ ਏਹਟੋਤਾ ਕਰ ਸਕਦੇ ਆ ਵੀ ਸਟੂਡੈਂਟ ਵੀਜ਼ੇ ਘਟਾ ਦੇਣਗੇ ਵਰਕ ਪਰਮਿਟ ਘਟਾ ਦੇਣਗੇ ਟੈਂਪੋਰਰੀ ਫੋਰਨ ਵਰਕਰ ਘਟਾ ਦੇਣਗੇ ਪਰ ਜਿਨ੍ਹਾਂ ਨੂੰ ਪੀਆਰ ਦੇਣੀ ਹੈ ਉਹਨਾਂ ਦੇ ਨੰਬਰ ਨੂੰ ਨਹੀਂ ਘਟਾ ਸਕਦੇ ਪਰ ਇਹ ਦੇਖਣ ਨੂੰ ਜੋ ਇਹ ਬੜਾ ਇਤਿਹਾਸਿਕ ਫੈਸਲਾ ਆ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਕੈਨੇਡਾ ਦਾ ਪਹਿਲਾਂ ਬਹੁਤ ਘੱਟ ਸਮਿਆਂ ਦੇ ਵਿੱਚ ਇਦਾਂ ਹੋਇਆ ਕਿ 20% ਦੇ ਕਰੀਬ ਸਿੱਧਾ ਘਟ ਵੀ ਜਿਹੜਾ 5 ਲੱਖ ਤੋਂ ਸਿੱਧਾ ਘਟਾ ਕੇ 3,65,000 ਦੇ ਉੱਤੇ ਦੋ ਤਿੰਨ ਸਾਲਾਂ ਦੇ ਵਿੱਚ ਲੈ ਜਾਣਾ ਇਹ ਬਹੁਤ ਵੱਡਾ ਇੱਕ ਬਦਲਾਅ ਆਇਆ ਇਹ ਸਾਰੇ ਕੁਝ ਦੇ ਵਿੱਚ ਹੁਣ ਉਹ ਲੋਕ ਕਿੱਥੋਂ ਪੂਰੇ ਹੋਣਿਆ ਹੁਣ ਕੈਨੇਡਾ ਦੀ ਪੋਪੂਲੇਸ਼ਨ ਗ੍ਰੋਥ ਕਿੱਦਾਂ ਹੋਊਗੀ ਹੁਣ ਜਿਹੜਾ ਇਹ ਸਾਰਾ ਕਿਹਾ ਜਾ ਰਿਹਾ ਸੀ ਕਮੀ ਗ੍ਰੈਂਟਸ ਦੀ ਲੋੜ ਆ ਉਹ ਕਿੱਥੋਂ ਆਉਣਗੇ ਜਾਂ ਉਹਦੇ ਨਾਲ ਕਿੱਦਾਂ ਮੈਨੇਜ ਕਰਨਗੇ ਇਹ ਬੜਾ ਵੱਡਾ ਸਵਾਲ ਆ ਇਸ ਵੇਲੇ ਪਰ ਦੋ ਇਹਦੇ ਪਿੱਛੇ ਕਿਤੇ ਨਾ ਕਿਤੇ ਰਾਜਨੀਤਿਕ ਕਾਰਨ ਵੀ ਨਜ਼ਰ ਆਉਂਦੇ ਰਾਜਨੀਤਿਕ ਕਾਰਨ ਇਹ ਆ ਕੰਜ਼ਰਵਟਿਵ ਇਸ ਵੇਲੇ ਪਹਿਲੇ ਨੰਬਰ ਦੇ ਉੱਤੇ ਚੱਲ ਰਿਹਾ ਕੈਨੇਡਾ ਦੇ ਵਿੱਚ ਜੇ ਅੱਜ ਵੋਟਾਂ ਪੈ ਜਾਣ ਤੇ ਜਿਹੜੀਆਂ ਇਹਨਾਂ ਕੋਲ 155 ਸੀਟਾਂ ਲਿਬਰਲ ਕੋਲ ਸ਼ਾਇਦ ਕੱਲੀਆਂ 55 ਰਹਿ ਜਾਣ ਕੰਜ਼ਰਵਟਿਵ ਸਿੱਧੇ ਸਿੱਧੇ ਆਪਣੀ ਸਰਕਾਰ ਬਣਾਉਂਦੇ ਆ ਉਹਨਾਂ ਕੋਲੇ ਏਜੰਡਾ ਕੀ ਆ ਕੰਜ਼ਰਵਟਿਵ ਨੇ ਮੁੱਦਾ ਕੀ ਚੱਕਿਆ ਬੇਸਿਕਲੀ ਉਹਨਾਂ ਨੇ ਕਿਹਾ ਕਿ ਸਾਰਾ ਸਿਸਟਮ ਖਰਾਬ ਹੋ ਗਿਆ ਕੋਈ ਗਿਣਤੀ ਮਿੰਟਤੀ ਨਹੀਂ ਰਹੀ ਇਮੀਗ੍ਰੈਂਟਸ ਦਾ ਪਤਾ ਹੀ ਕੋਈ ਨਹੀਂ ਰਿਹਾ ਕਿੰਨੇ ਸੱਦ ਲੈ ਕੀ ਕੀਤੇ ਆ ਤੇ ਇਸ ਕਰਕੇ ਅਸੀਂ ਜਿਹੜਾ ਕਾਮਨ ਸੈਂਸ ਪਲਾਨ ਆ ਅਸੀਂ ਮਤਲਬ ਸਿੱਧੀ ਜੀ ਗੱਲਬਾਤ ਲੈ ਕੇ ਆਵਾਂਗੇ ਤੇ ਇਮੀਗ੍ਰੇਸ਼ਨ ਨੂੰ ਕੱਟ ਲੋਕ ਵੀ ਇੱਕ ਹੱਦ ਤੱਕ ਜਿਹੜੇ ਖਾਸ ਕਰਕੇ ਪਹਿਲਾਂ ਤੋਂ ਸੀਗਾ ਵੀ ਜਿਹੜੇ ਇੱਥੋਂ ਦੇ ਲੋਕ ਸੀਗੇ ਉਹ ਕਹਿੰਦੇ ਸੀਗੇ ਜਿਹੜੇ ਮਤਲਬ ਇੱਥੋਂ ਦੇ ਜੰਮੇ ਪਲੇ ਜਾਂ ਪੁਰਾਣੇ ਸੀਗੇ ਉਹ ਕਹਿੰਦੇ ਸੀ ਫੇਰ ਪਤਾ ਲੱਗਿਆ ਵੀ ਜਿਹੜੇ ਇਮੀਗ੍ਰੈਂਟਸ ਨੇ ਉਹਨਾਂ ਦੇ ਵਿੱਚੋਂ ਵੀ ਲੋਕ ਕਹਿਣ ਲੱਗ ਪਏ ਵੀ ਹੁਣ ਇਮੀਗ੍ਰੇਸ਼ਨ ਬੰਦ ਕਰ ਲਓ ਤੇ ਉਹਨਾਂ ਦੇ ਵਿੱਚੋਂ ਵੀ ਜਿਹੜੇ ਸਾਊਥ ਏਸ਼ੀਅਨ ਸੀ ਉਹ ਤੋਂ ਜ਼ਿਆਦਾ ਨੰਬਰ ਦੇ ਵਿੱਚ ਕਹਿਣ ਲੱਗ ਪਏ 87% ਕਹਿਣ ਲੱਗ ਪਿਆ ਵੀ ਸਖਤੀ ਕਰ ਦਿਓ ਤੇ ਜਦੋਂ ਲੋਕ ਸਖਤੀ ਕਰਨ ਨੂੰ ਕਹਿ ਰਹੇ ਆ ਤਾਂ ਫਿਰ ਕਨਜ਼ਰਵਟਿਵ ਕੋਲੇ ਏਜੰਡਾ ਹੀ ਇਹ ਹੈ ਹੁਣ ਇਹਦਾ ਲੱਗਦਾ ਕਿ ਲਿਬਰਲ ਪਾਰਟੀ ਨੇ ਉਹਨਾਂ ਦਾ ਏਜੰਡਾ ਹੀ ਜਿਹੜਾ ਚੱਕ ਲਿਆ ਵੀ ਤੁਸੀਂ ਜਿਹੜੀ ਗੱਲ ਦੇ ਉੱਤੇ ਸਾਨੂੰ ਭੰਡ ਰਹੇ ਆ ਜਿਸ ਗੱਲ ਤੇ ਤੁਸੀਂ ਸਾਡਾ ਵਿਰੋਧ ਕਰ ਰਹੇ ਆ ਅਸੀਂ ਉਹੀ ਜੋ ਤੁਸੀਂ ਆ ਕੇ ਕਰਨਾ ਜਾਂ ਲੋਕ ਜਿਸ ਕੰਮ ਦੇ ਲਈ ਤੁਹਾਨੂੰ ਅੱਗੇ ਲੈ ਕੇ ਆ ਰਹੇ ਆ ਕਿ ਤੁਸੀਂ ਆ ਕੇ ਕਰੋਗੇ ਅਸੀਂ ਪਹਿਲਾਂ ਹੀ ਕਰ ਦਿੰਨੇ ਆ ਤੇ ਉਹੀ ਗੱਲ ਉਹਨਾਂ ਨੇ ਕੀਤੀ ਅੱਜ ਅ ਕੱਲ ਲਿਬਰਲ ਕਾਕਸ ਦੀ ਮੀਟਿੰਗ ਸੀਗੀ ਉਹਦੇ ਵਿੱਚੋਂ ਵੀ ਕਈ ਕੁਝ ਸਾਹਮਣੇ ਆਇਆ ਪ੍ਰਧਾਨ ਮੰਤਰੀ ਦਾ ਵਿਰੋਧ ਵੀ ਜਿਹੜਾ ਪਹਿਲਾਂ ਨਜ਼ਰ ਆ ਰਿਹਾ ਸੀ ਕਿਤੇ ਨਾ ਕਿਤੇ ਕਿ ਉੱਥੇ ਇਹਨਾਂ ਦੇ ਅੰਦਰ ਪਾਰਟੀ ਦੇ ਵਿੱਚ ਹੀ ਹੈਗੇ ਸੋ ਇਮੀਗ੍ਰੇਸ਼ਨ ਓਵਰ ਆਲ ਇਮੀਗ੍ਰੇਸ਼ਨ ਇਹਨਾਂ ਨੇ ਰਿਡਿਊਸ ਕਰ ਦਿੱਤੀ ਆ ਜਿਹੜੀ ਜਦੋਂ ਇਕਨੋਮਿਕ ਇਮੀਗ੍ਰੇਸ਼ਨ ਦਾ ਟਾਰਗੇਟ ਆ 225 ਦੇ ਲਈ ਉਹਨਾਂ ਨੇ 15% ਘਟਾ ਦਿੱਤਾ 272000 ਇਕਨੋਮਿਕ ਇਮੀਗ੍ਰੇਸ਼ਨ ਦੀ categories ਦੇ ਵਿੱਚ ਲੋਕ ਸੱਦੇ ਹੋ ਸਿਰਫ 232000 ਸੱਦਣੇ ਆ ਜਿਹੜੇ 40% ਇਕਨੋਮਿਕ ਇਮੀਗ੍ਰੈਂਟਸ ਆ ਉਹ ਜਿਹੜੇ ਵਿਦਨ ਕੈਨੇਡਾ ਹੁੰਦੇ ਆ ਤੇ ਉਹਨੂੰ ਬਾਅਦ ਦੇ ਵਿੱਚ ਇਹਨਾਂ ਨੇ ਦੂਜੇ ਤਰੀਕੇ ਦੇ ਨਾਲ ਜਿਹੜਾ ਦੇਖ ਕੇ ਤੇ ਉਹਦੇ ਉੱਤੇ ਵੀ ਆਪਣੀਆਂ ਜਿਹੜਾ ਕਟਿਆ ਉਹ ਲਾ ਦਿੱਤਾ ਪਹਿਲਾਂ ਹੀ ਇਹਨਾਂ ਨੇ ਕਾਫੀ ਦੇਰ ਤੋਂ ਇਹ ਇਹ ਬੇਸਿਕਲੀ ਅਨਯੂਜੂਅਲ ਮੂਵ ਆ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੁਆਰਾ ਆਮ ਤੌਰ ਦੇ ਉੱਤੇ ਇਦਾਂ ਹੁੰਦਾ ਨਹੀਂ ਤੇ ਅਨਾਉਂਸਮੈਂਟ ਜਿਹੜੀ ਆ ਉਹ ਆਮ ਤੌਰ ਦੇ ਉੱਤੇ ਜਿਹੜੇ ਕਹਿ ਲਓ ਕਿ ਇਮੀਗ੍ਰੇਸ਼ਨ ਮਿਨਿਸਟਰ ਅਨਾਉਂਸ ਕਰਦਾ ਜਾਂ ਕੋਈ ਗੱਲਬਾਤ ਹੁੰਦੀ ਹੈ ਇੱਥੇ ਪ੍ਰਾਈਮ ਮਿਨਿਸਟਰ ਸਿੱਧੇ ਤੌਰ ਦੇ ਉੱਤੇ ਇਸ ਮਸਲੇ ਨੂੰ ਸੰਬੋਧਨ ਕਰ ਰਹੇ ਆ ਉਹ ਕਹਿੰਦੇ ਅਸੀਂ ਮਤਲਬ ਦੁਨੀਆ ਦਾ ਬਿਹਤਰੀਨ ਇੱਕ ਸਿਸਟਮ ਇੱਥੇ ਬਣਾਉਣਾ ਚਾਹੁੰਦੇ ਆ ਸੋ ਉਹਨਾਂ ਨੇ ਕੈਨੇਡਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਲਗਾਤਾਰ ਕਮਿਟਿਡ ਆ ਕਿ ਐਸ ਇਮੀਗ੍ਰੈਂਟਸ ਨੂੰ ਸਪੋਰਟ ਕਰਾਂਗੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਪਰ ਇਹਦੇ ਨਾਲ ਇਹ ਟੈਂਪਰੇਰੀ ਜਿਹੜੇ ਰੈਜ਼ਿਡੈਂਟਸ ਨੇ ਉਹਨਾਂ ਦੇ ਲੈਵਲ ਦੇ ਉੱਤੇ ਵੀ ਅਸਰ ਪਿਆ ਜਿਹੜੇ ਟਾਰਗੇਟ ਹੈਗਾ ਕਿ ਟੈਂਪਰੇਰੀ ਜਿਹੜੇ ਰੈਜ਼ਿਡੈਂਟਸ ਨੇ ਉਹਨਾਂ ਦਾ ਟਾਰਗੇਟ ਜਿਹੜਾ ਇਹਨਾਂ ਦੀ ਅਨਾਉਂਸਮੈਂਟ ਦੇ ਵਿੱਚੋਂ ਇਹ ਵੀ ਸੀਗਾ ਕਿਉਂਕਿ ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਉੱਤੇ ਸਵਾਲ ਬਹੁਤ ਉੱਠੇ ਤੇ ਬਹੁਤ ਕੋਸ਼ਿਸ਼ ਇਸ ਮਾਮਲੇ ਦੇ ਵਿੱਚ ਹੋਇਆ ਇਹ ਕੱਟ ਤੇ ਬੜੇ ਲੰਬੇ ਸਮੇਂ ਤੋਂ ਲਾਉਣ ਲੱਗੇ ਆ ਸਟੂਡੈਂਟਸ ਦੇ ਉੱਤੇ ਪਾਬੰਦੀ ਜਿਹੜੇ ਜਿਹੜੇ 12ਵੀਂ ਤੋਂ ਬਾਅਦ ਆਉਂਦੇ ਉਹਨਾਂ ਦੇ ਉੱਤੇ ਪਾਬੰਦੀ ਟੈਂਪਰੇਰੀ ਫੋਰਨ ਵਰਕਰ ਦੀ ਇਹਨਾਂ ਨੇ ਕੱਲ ਪੇ ਵਧਾ ਦਿੱਤੀ ਹੈ ਤਾਂ ਕਿ ਜਿਹੜੇ EMPLOYER ਆ ਉਹ हायर ਇਹਨਾਂ ਕਰ ਸਕਣ ਫੋਰਨ ਵਰਕਰ ਨੂੰ ਕੈਨੇਡੀਅਨ ਬੰਦੇ ਨੂੰ ਰੱਖਣ ਜਿਹਨੂੰ ਘੱਟ ਤਨਖਾਹ ਦੇਣੀ ਪੈਣੀ ਆ 20% ਤਨਖਾਹ ਦੂਜੇ ਪਾਸੇ ਇਹਨਾਂ ਨੇ ਵਧਾ ਦਿੱਤੀ ਆ ਜਿਹੜੇ ਸਟੱਡੀ ਪਰਮਿਟ ਆ ਉਹ ਮਾਸਟਰਸ ਜਾਂ PH.D ਸਟੂਡੈਂਟਸ ਨੂੰ ਹੀ ਇਸ਼ੂ ਕੀਤੇ ਕਈ ਇਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਤਬਦੀਲੀਆਂ ਕੀਤੀਆਂ ਪਰ ਜਿਹੜੀ ਅੱਜ ਇਹ ਤਬਦੀਲੀ ਆ ਇਹ ਸੱਚਮੁੱਚ ਬਹੁਤ ਵੱਡੀ ਆ ਕੈਨੇਡਾ ਦਾ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਆ ਉਹ ਵੀ ਐਸ ਵੇਲੇ ਸਕਰੂਟੀ ਦੇ ਅੰਡਰ ਆ ਉਹਦੇ ਉੱਤੇ ਵੀ ਸਵਾਲ ਉੱਠਿਆ ਐਲ ਐਮ ਆਈਏ ਵਾਲੇ ਮਾਮਲੇ ਦੇ ਉੱਤੇ ਵੀ ਸਵਾਲ ਉੱਠੇ ਆ ਤੇ ਹੁਣ ਇਹਨਾਂ ਨੇ ਜਿਹੜੇ ਸਟੱਡੀ ਪਰਮਿਟ ਉਹ ਵੀ ਘੱਟ ਦਿੱਤੇ ਆ ਜਿੰਨੇ ਇਹ ਪਿਛਲੇ ਸਾਲਾਂ ਵਿੱਚ ਦਿੰਦੇ ਆ ਅੱਜ ਦੀ ਇਹ ਬਹੁਤ ਵੱਡੀ ਖਬਰ ਆ ਤੇ ਦੇਖੋ ਹੁਣ ਇਹਦੇ ਤੋਂ ਬਾਅਦ ਜਸਟਨ ਟੂਟੋ ਦੀ ਜਿਹੜੀ ਉਹਨਾਂ ਦੀ ਜਿਹੜੀ ਪੌਪੂਲਰਿਟੀ ਆ ਉੱਤੇ ਜਾਂਦੀ ਆ ਜਾਂ ਕੀ ਇਹ ਕਰਦੇ ਆ ਤੇ ਕੀ ਇਹਦਾ ਅਸਲ ਦੇ ਵਿੱਚ ਹਾਊਸਿੰਗ ਦੇ ਉੱਤੇ ਕੀ ਅਸਰ ਪੈਂਦਾ ਕਮਾਕਾਰਾਂ ਦੇ ਉੱਤੇ ਕੀ ਅਸਰ ਪੈਂਦਾ ਬਹੁਤ ਵੱਡੀ ਤਬਦੀਲੀ ਹੈ ਇਮੀਗ੍ਰੇਸ਼ਨ ਨੀਤੀ ਦੇ ਵਿੱਚ ਕੀਤੀ ਗਈ ਹੈ ਅਗਲੀ ਗੱਲਬਾਤ ਦੋਸਤੋ ਡਾਕਟਰਸ ਬਾਰੇ ਹੈ ਕਿ ਅਕਸਰ ਹੀ ਕੰਪਲੇਂਟ ਹੁੰਦੀ ਹੈ ਕਿ ਕੈਨੇਡਾ ਦੇ ਵਿੱਚ ਹੈਲਥ케ਅਰ ਸਿਸਟਮ ਬਹੁਤਾ ਠੀਕ ਨਹੀਂ ਹੈ ਕਿਤੇ ਨਾ ਕਿਤੇ ਦੇ ਪ੍ਰਾਈਵੇਟਾਈਜੇਸ਼ਨ ਦੀ ਵੀ ਗੱਲਬਾਤ ਕਰਦੀ ਕੋਈ ਸੂਬਿਆਂ ਦੇ ਵਿੱਚ ਵੱਖਰੇ ਤਰੀਕੇ ਨਾਲ ਹੁੰਦਾ ਫੈਮਿਲੀ ਡਾਕਟਰ ਹੈ ਨਹੀਂ ਕੈਨੇਡਾ ਦੇ ਵਿੱਚ ਉਹ ਫੈਮਿਲੀ ਡਾਕਟਰ ਨਾ ਹੋਣ ਦਾ ਬੋਝ ਸਿੱਧਾ ਜਿਹੜਾ ਹਸਪੀਟਲ ਦੇ ਉੱਤੇ ਪੈਂਦਾ ਜਾਂ ER ਦੇ ਉੱਤੇ ਪੈਂਦਾ ਵੀ ਉੱਥੇ ਲੋਕ ਜਿਹੜਾ ਹੁਣ ਫੈਮਿਲੀ ਡਾਕਟਰ ਨਹੀਂ ਹੋ ਤੇ ਐਮਰਜੈਂਸੀ ਯੂਗ ਕਰਨ ਨੂੰ ਕੁਝ ਵੀ ਹੋ ਗਿਆ ਹੁਣ ਜਿਹੜੀ ਇੱਕ ਲੇਟ ਰਿਸਪੋਰਟ ਆ ਉਹਦੇ ਵਿੱਚ ਇਹ ਪਤਾ ਲੱਗਿਆ ਕਿ 100 ਦੇ ਵਿੱਚੋਂ 83 ਕੈਨੇਡੀਅਨਸ ਕੋਲ ਜਿਹੜਾ ਪ੍ਰਾਇਮਰੀ ਕੇਅਰ ਹੈਲਥ ਪ੍ਰੋਵਾਈਡਰ ਹੈਗਾ ਆ 83% ਕੋਲ ਹੈਗਾ 17% ਬਿਨਾ ਇਹਦੇ ਤੋਂ ਤੇ ਜਿਹੜਾ 5.4 ਮਿਲੀਅਨ 54 ਲੱਖ ਬੰਦੇ ਕੋਲ ਕੈਨੇਡਾ ਦੇ ਵਿੱਚ ਆ ਜਿਹੜਾ ਫੈਮਿਲੀ ਡਾਕਟਰ ਹੈ ਨਹੀਂ 5.4 ਮਿਲੀਅਨ ਹਜੇ ਵੀ ਫੈਮਿਲੀ ਡਾਕਟਰ ਤੋਂ ਬਿਨਾ ਆ ਜਿਹੜੇ ਸੀਨੀਅਰਸ ਨੇ 65 ਸਾਲ ਤੋਂ ਉੱਤੇ ਜਿਨ੍ਹਾਂ ਦੀ ਉਮਰ ਆ ਉਹਨਾਂ ਕੋਲ ਫੈਮਿਲੀ ਡਾਕਟਰ ਜਾਂ ਨਰਸ ਜਿਹੜੀ ਹੈਗੀ ਹੈ ਜਦੋਂ ਉਹਨੂੰ ਯੰਗਰਸ ਦੇ ਨਾਲ ਕੰਪੇਅਰ ਕਰਦੇ ਆ ਅਨਟੈਰੀਓ ਦੇ ਵਿੱਚ ਸਭ ਤੋਂ ਵੱਡਾ ਨੰਬਰ ਆ ਇਸ ਚੀਜ਼ ਦਾ ਜਿਹੜੀ ਕਿ ਜਿਹੜੀ ਪ੍ਰਾਇਮਰੀ ਕੇਅਰ ਐਕਸੈਸ ਆ ਤੇ ਉੱਥੇ ਉੱਥੇ ਸਭ ਤੋਂ ਜ਼ਿਆਦਾ ਆ ਪ੍ਰਾਇਮਰੀ ਕੇਅਰ ਤੱਕ ਐਕਸੈਸ ਜ਼ਿਆਦਾ ਆ ਲੋਕਾਂ ਦੀ ਨੋਨਾਵਟ ਦੇ ਵਿੱਚ ਸਭ ਤੋਂ ਘੱਟ ਆ ਰਿਪੋਰਟ ਜਿਹੜੀ ਦੱਸੀ ਜਾ ਰਹੀ ਆ ਕਿ ਜਿਹੜੀ ਹੈਲਥ ਪ੍ਰਾਇੋਰਟੀਜ਼ ਆ ਉਹ ਫੈਡਰਲ ਸਰਕਾਰ ਉਹਦੇ ਤੇ ਐਗਰੀ ਵੀ ਕੀਤੀ ਆ ਪ੍ਰੋਵਿੰਸ ਦੇ ਨਾਲ ਜਿਹੜੇ ਟੈਰੀਟਰੀਜ਼ ਦੇ ਨਾਲ ਇਹ ਜਿਹੜੀਆਂ ਪ੍ਰਾਇੋਰਟੀਜ਼ ਆ ਇਹਦੇ ਵਿੱਚ ਪ੍ਰਾਇਮਰੀ ਕੇਅਰ ਤੇ ਜਿਹੜੀ ਮੈਂਟਲ ਹੈਲਥ ਵੇਟ ਟਾਈਮ ਆ ਜਾਂ ਦੂਜਾ ਉਹਨੂੰ ਘਟਾਉਣਾ ਤੇ ਜਿਹੜਾ ਜਿਹੜਾ ਜ਼ਿਆਦਾ ਹੈਲਥ ਕੇਅਰ ਵਰਕਰਸ ਨੂੰ ਰਿਕਰੂਟ ਕਰਨਾ ਉਹ ਵੀ ਇਹਦੇ ਵਿੱਚ ਸ਼ਾਮਲ ਦੱਸਿਆ ਜਿਹੜੀਆਂ ਦੂਜੀਆਂ ਪ੍ਰਾਇਓਰਿਟੀਆਂ ਆ ਉਹਦੇ ਵਿੱਚ ਸਰਜਿਕਲ ਵੇਟ ਟਾਈਮ ਨੂੰ ਰਿਡਿਊਸ ਕਰਨਾ ਤੇ ਜਿਹੜੇ ਇਲੈਕਟ੍ਰੋਨਿਕ ਹੈਲਥ ਇਨਫੋਰਮੇਸ਼ਨ ਆ ਉਹਦੀ ਜ਼ਿਆਦਾ ਵਰਤੋਂ ਕਰਨ ਨੂੰ ਵੀ ਦੱਸੀ ਜਾ ਰਹੀ ਆ ਸਰਪੋਰਟ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਸਰਜਿਕਲ ਬੈਕਲੌਗ ਬੈਕਲੌਗ ਜਿਹੜਾ ਸੀਗਾ ਜਿਹੜੇ ਕੋਵਿਡ-19 ਦੇ ਵੇਲੇ ਵਿੱਚ ਲੋਕ ਰਹਿ ਗਏ ਸੀ ਪੰਡੈਮਿਕ ਦੇ ਵਿੱਚ ਉਹ ਵੀ ਘਟ ਰਿਹਾ ਆ ਤੇ ਜਿਹੜੀਆਂ ਸਰਜਰੀਆਂ ਆ ਉਹ ਲਗਭਗ ਪ੍ਰੀ ਪੰਡੈਮਿਕ ਲੈਵਲ ਦੇ ਉੱਤੇ ਆ ਗਈਆਂ ਜਿੱਦਾਂ ਦੀ ਹਾਲਤ ਕੋਵਿਡ ਤੋਂ ਪਹਿਲਾਂ ਹੁੰਦੀ ਸੀ ਉਹਦੇ ਨੇੜੇ-ਤੇੜੇ ਆ ਚੁੱਕੀਆਂ ਆ ਹਰ ਸਾਲ ਜਿਹੜੀ ਪ੍ਰੋਗਰੈਸ ਹੋ ਰਹੀ ਆ ਤੇ ਉਹਨੂੰ ਦੇਖਿਆ ਜਾ ਰਿਹਾ ਹੈਲਥ ਪ੍ਰਾਇੋਰਟੀਜ਼ ਦੇ ਥਰੂ ਵੀ ਕੀ ਇਹਦੇ ਵਿੱਚ ਹੋ ਰਿਹਾ ਆ ਇਹ ਵੀ ਯਤਨ ਕੀਤੇ ਜਾ ਰਿਹਾ ਕਿ ਜ਼ਿਆਦਾ ਡਾਕਟਰ ਰਿਕਰੂਟ ਕੀਤੇ ਜਾਣ ਜ਼ਿਆਦਾ ਨਰਸਾਂ ਨੂੰ ਰਿਕਰੂਟ ਕੀਤਾ ਜਾਵੇ ਤੇ ਫੋਕਸ ਜਿਹੜਾ ਖਾਸ ਤੌਰ ਦੇ ਉੱਤੇ ਇੰਡੀਜਿਨियस ਜਿਹੜੀਆਂ ਹੈਗੀਆਂ ਕਮਿਊਨਿਟੀਜ਼ ਉਹਨਾਂ ਦੇ ਉੱਤੇ ਵੀ ਧਿਆਨ ਦਿੱਤਾ ਜਾ ਰਿਹਾ ਕਿ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਸਹੂਲਤ ਆਹੇ ਮਿਲ ਸਕੀ ਇੱਕ ਸੋ ਇੱਕ ਪਹਿਲਾਂ ਹੀ ਕੈਨੇਡਾ ਦੇ ਵਿੱਚ ਹੈਲਥ케ਅਰ ਸਿਸਟਮ ਦੇ ਉੱਤੇ ਇਮੀਗ੍ਰੇਸ਼ਨ ਦਾ ਵੀ ਦੱਸਿਆ ਜਾ ਰਿਹਾ ਹੈ ਵੀ ਜਿਹੜਾ ਹੈਲਥ케ਅਰ ਸਿਸਟਮ ਜਿੰਨੇ ਲੋਕਾਂ ਲਈ ਬਣਿਆ ਹੀ ਨਹੀਂ ਸੀ ਜੇ ਉਹਨੇ ਲੋਕ ਉੱਥੇ ਆ ਜਾਣ ਤੋਂ ਉਹਦਾ ਕੀ ਬਣਨਾ ਹੁਣ ਜਿਹੜੀ ਇਹ ਕੈਨੇਡੀਅਨ ਇੰਸਟੀਚਿਊਟ ਫਾਰ ਹੈਲਥ ਇਨਫੋਰਮੇਸ਼ਨ ਦੀ ਰਿਪੋਰਟ ਆਈ ਆ ਉਹਦੇ ਵਿੱਚ ਦੱਸਿਆ ਗਿਆ ਕਿ 83% ਜਿਹੜੇ ਅਡਲਟ ਨੇ ਇਸ ਦੇਸ਼ ਦੇ ਵਿੱਚ ਕੈਨੇਡਾ ਦੇ ਵਿੱਚ ਉਹਨਾਂ ਕੋਲ ਰੈਗੂਲਰ ਪ੍ਰਾਇਮਰੀ ਕੇਅਰ ਪ੍ਰੋਵਾਈਡਰ ਹੈਗਾ ਆ ਪਰ ਹਜੇ ਵੀ 5.4 ਮਿਲੀਅਨ ਅਡਲਟਸ ਜਿਹੜੇ ਨੇ ਬਿਨਾਂ ਇਹਦੇ ਤੋਂ ਆ ਸੋ ਇਹਦੇ ਸੰਬੰਧੀ ਹੁਣ ਅੱਗੇ ਕੀ ਕੰਮ ਕੀਤਾ ਜਾਂਦਾ ਜਿਹਦੇ ਨਾਲ ਕਿ ਲੋਕਾਂ ਨੂੰ ਜ਼ਿਆਦਾ ਸਹੂਲਤ ਮਿਲ ਸਕੇ ਇੱਕ ਬਹੁਤ ਵੱਡਾ ਸਵਾਲ ਆ ਕੈਨੇਡਾ ਦੀ ਜਿੱਥੇ ਇਹਨਾਂ ਮਾਮਲਿਆਂ ਦੇ ਵਿੱਚ ਜਿਹੜੀ ਆਲੋਚਨਾ ਹੁੰਦੀ ਆ ਬਹੁਤੀ ਵਾਰੀ ਉਹਦੇ ਉਹਦੇ ਰੀਜਨਸ ਨੇ ਕਿ ਜਿਹੜੀ ਨੰਬਰ ਬਹੁਤ ਵੱਡਾ ਆ ਇਹ ਸਾਰਾ ਕੁਝ ਤੇ ਇਹ ਕਿਸੇ ਨਾ ਕਿਸੇ ਤਰ੍ਹਾਂ ਨੰਬਰ ਜਿਹੜਾ ਥੱਲੇ ਨਹੀਂ ਆ ਰਿਹਾ ਤੇ ਯਤਨ ਕੀਤੇ ਜਾ ਰਹੇ ਆ ਵੀ ਡਾਕਟਰ ਜ਼ਿਆਦਾ ਭਰਤੀ ਕਰਕੇ ਹਰ ਇੱਕ ਨੂੰ ਫੈਮਿਲੀ ਪੋਜੀਸ਼ਨ ਜਿਹੜਾ ਇੱਥੇ ਉਪਲਬਧ ਹੋਵੇ ਅਗਲੀ ਗੱਲ ਬਤ ਬ੍ਰਿਟਿਸ਼ ਕੋਲੰਬੀਆ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਓਵਰਡੋਸ ਡੈਥਸ ਬਹੁਤ ਵੱਡਾ ਮਾਮਲਾ ਆ 1749 ਲੋਕਾਂ ਦੀ ਮੌਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਜਿਹੜੇ ਨਸ਼ੇ ਦੇ ਨਾਲ ਜਿਹੜੇ ਅਨਰੇਗੂਲੇਟਡ ਅਨਰੇਗੂਲੇਟਡ ਡਰੱਗਸ ਨੇ ਹਰ ਸਾਲ ਦੇ ਵਿੱਚ ਹੁਣ ਤੱਕ ਹੋ ਚੁੱਕੀਆਂ ਇਹਦਾ ਮਤਲਬ ਇਹ ਆ ਕਿ 6 ਤੋਂ ਜ਼ਿਆਦਾ ਮੌਤਾਂ ਇੱਕ ਦਿਨ ਦੇ ਵਿੱਚ 8% ਇਹ ਡਿਕਰੀਜ਼ ਆ ਜੇ ਇਹਦਾ ਮੁਕਾਬਲਾ ਇਸੇ ਪੀਰੀਅਡ ਦੇ ਨਾਲ 2023 ਦੇ ਨਾਲ ਕੀਤਾ ਜਾਵੇ ਜਦੋਂ ਕਿ ਅੱਜ ਤੱਕ ਹੁਣ ਤੱਕ 2023 ਦੇ ਵਿੱਚ 1896 ਮੌਤਾਂ ਹੋਈਆਂ ਸੀ 24 ਦੇ ਵਿੱਚ 1749 ਮੌਤਾਂ ਹੋਈਆਂ ਸੋ so, 8% ਡਿਕਰੀਸ ਜਿਹੜਾ ਬਹੁਤ ਵੱਡਾ ਆ ਅਗਸਤ ਦੇ ਵਿੱਚ ਅਗਸਤ ਮਹੀਨੇ ਦੇ ਵਿੱਚ 127 ਲੋਕਾਂ ਦੀ ਮੌਤ ਹੋਈ ਹੈ unreregulated drugs ਤੋਂ ਤੇ ਸਤੰਬਰ ਦੇ ਵਿੱਚ 183 ਲੋਕਾਂ ਦੀ ਮੌਤ ਜਿਹੜੀ ਹੋਰ ਰਿਕਾਰਡ ਕੀਤੀ ਗਈ ਆ ਅੱਧੇ ਜਿਹੜੇ ਨੇ ਜਿਹੜੇ ਕਿ 48% ਲੋਕ ਨੇ ਸਤੰਬਰ ਦੇ ਵਿੱਚ ਇਹਨਾਂ ਦੀ ਮੌਤ ਹੋਈ ਆ ਉਹਨਾਂ ਦੀ ਉਮਰ 30 ਤੋਂ 49 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਆ 1.1% ਜਿਹੜੀਆਂ ਡੈਥਸ ਨੇ ਸਤੰਬਰ ਦੇ ਵਿੱਚ ਜਿਹੜੇ ਇਹ ਡਰੱਗਸ ਦੇ ਨਾਲ 18 ਸਾਲ ਤੋਂ ਘੱਟ ਉਮਰ ਦੇ ਵੀ ਹੋਈਆਂ ਅ ਸੋ ਇਹ ਇੱਕ ਡਰੱਗ ਦੇ ਵਿੱਚ ਜ਼ਹਿਰ ਹੋਣਾ ਜਾਂ ਜ਼ਹਿਰੀਲਾ ਨਸ਼ਾ ਹੋਣਾ ਇਹ ਡਰੱਗ ਟੌਕਸਿਸਿਟੀ ਆ ਜਿਹੜੀ ਉਹ ਲੀਡਿੰਗ ਕੌਜ਼ ਦੱਸਿਆ ਜਾ ਰਿਹਾ ਇਹਨਾਂ ਦਾ ਲੋਕਾਂ ਦੀ ਮੌਤ ਦਾ 10 ਸਾਲ ਤੋਂ ਲੈ ਕੇ 59 ਸਾਲ ਦੀ ਉਮਰ ਵਾਲੇ ਜਿਹੜੇ ਬੀਸੀ ਦੇ ਵਿੱਚ ਰਹਿੰਦੇ ਆ ਅ ਸੋ ਜਿਹੜੇ ਇਹ ਡਰੱਗ ਡੈਥਸ ਨੇ ਇਹਦੇ ਵਿੱਚ ਵਾਧਾ ਹੋਇਆ ਅ ਜਿਹੜਾ ਗ੍ਰੇਟਰ ਵਿਕਟੋਰੀਆ ਏਰੀਆ ਆ ਉਹਦੇ ਵਿੱਚ ਵੀ ਜਿਹੜੇ ਹਾਈਐਸਟ ਨੰਬਰ ਡਰਗ ਡੈਥਸ ਜਿਹੜੀਆਂ ਇੱਥੇ ਹੋਈਆਂ ਸਤੰਬਰ ਦੇ ਵਿੱਚ 45 19 ਤੇ 16 ਇਹਨਾਂ ਪਿਛਲੇ ਮਹੀਨਿਆਂ ਦੇ ਵਿੱਚ ਜਿਹੜੀਆਂ ਇਹ ਇਸ ਤਰੀਕੇ ਦੇ ਨਾਲ ਮੌਤਾਂ ਹੋਈਆਂ ਔਰ ਜਦੋਂ ਵੈਨਕੂਵਰ ਦੇ ਵਿੱਚ ਦੇਖਿਆ ਜਾ ਰਿਹਾ ਤਾਂ ਵੈਨਕੂਵਰ ਦੇ ਵਿੱਚ ਇਹ ਮੌਤਾਂ 45 ਹੋਈਆਂ ਸਰੀ ਦੇ ਵਿੱਚ 19 ਹੋਈਆਂ ਤੇ ਵਿਕਟੋਰੀਆ ਦੇ ਵਿੱਚ ਇਹ ਮੌਤਾਂ 16 ਹੋਈਆਂ ਸੋ ਜੇ ਇਹਨੂੰ ਇਦਾਂ ਕੱਢ ਕੇ ਦੇਖਦੇ ਹਾਂ ਤਾਂ 5.6 ਡੈਥਸ ਹਰ 100000 ਪਿੱਛੇ ਲੱਖ ਪਿੱਛੇ 5.6 ਡੈਥਸ ਜਿਹੜੀਆਂ ਲੋਕਾਂ ਦੀਆਂ ਅੰਟੀਰੀਅਰ ਦੇ ਵਿੱਚ ਹੋ ਰਹੀਆਂ ਜਿਹੜਾ ਜਿੱਥੇ ਵੀ ਕਿਤੇ ਡਰੱਗ ਦੇ ਨਾਲ ਮੌਤ ਹੋਈ ਹੈ 85% ਕੇਸਾਂ ਵਿੱਚ ਫੈਂਟਨਿਲ ਉਹਦਾ ਕੌਜ਼ ਨਿਕਲਿਆ ਸੋ 81% ਜਿਹੜੀਆਂ ਡਰੱਗ ਡੈਥਸ ਨੇ ਕਾਰਨਰ ਦੀ ਰਿਪੋਰਟ ਦੇ ਅਨੁਸਾਰ ਇਹ ਜਿਹੜਾ ਸਟੀਮੂਲੈਂਟ ਸਿਗਾ ਉਹਨਾਂ ਦੇ ਵਿੱਚ ਪ੍ਰੈਜ਼ੈਂਟ ਸਿਗਾ ਤੋ ਇੱਕ ਤੇ ਕਾਰਨ ਇਹ ਹੈਗਾ ਕਿ ਮੌਤ ਦਾ ਕਾਰਨ ਵੈਸੇ ਤੇ ਨਸ਼ਾ ਕਰਨਾ ਹੀ ਮਾੜਾ ਹੈ ਪਰ ਜਿਹੜਾ ਨਸ਼ਾ ਮਿਲ ਰਿਹਾ ਕੈਨੇਡਾ ਦੇ ਵਿੱਚ ਉਹਦੇ ਵਿੱਚ ਜ਼ਹਿਰ ਆ ਉਹਦੀ ਮਾਤਰਾ ਨੂੰ ਤੇਜ਼ ਕਰਨ ਦੇ ਲਈ ਉਹਦੇ ਵਿੱਚ ਜ਼ਹਿਰ ਪਾਈ ਜਾ ਰਹੀ ਹੈ ਫੈਂਟਨਲ ਪਾਈ ਜਾ ਰਹੀ ਹੈ ਮੌਤ ਉਹਦੇ ਨਾਲ ਹੀ ਹੋ ਰਹੀ ਹੈ ਫੈਂਟਨਲ ਹਰ ਇੱਕ ਦੇ ਵਿੱਚ ਆ ਤੇ ਉਹ ਬੰਦੇ ਦੀ ਜਾਨ ਲੈ ਲੈਂਦੀ ਆ ਆ ਇਸੇ ਤਰ੍ਹਾਂ ਜਿਹੜੇ ਸਟੀਮੂਲੈਂਟ ਕੰਟਾਮਿਨੇਸ਼ਨ ਆ ਉਹ ਬਹੁਤ ਵੱਡਾ ਇਸ਼ੂ ਹੈ ਜਦੋਂ ਮੈਥਫੈਂਟਾਮਾਈਨ ਆ ਜਾਂ ਕੋਕੇਨ ਆ ਇਹ ਅਕਸਰ ਜਿਹੜੀਆਂ ਓਪੀਓਡ ਜਾਂ ਦੂਜੀਆਂ ਡਰੱਗ ਹੈਗੀਆਂ ਜਿਹੜੀਆਂ ਰਿਸਕੀਅਰ ਆ ਨਾਨ ਆਪੀਡ ਯੂਜ਼ਰਸ ਦੇ ਲਈ ਉਹਨੂੰ ਕੀਤਾ ਜਾਂਦਾ ਆ ਸੋਸ਼ਲ ਆਈਸੋਲੇਸ਼ਨ ਲੋਕ ਤਾਂ ਵੀ ਮਰ ਜਾਂਦੇ ਕਿਉਂਕਿ ਕੱਲੇ ਰਹਿੰਦੇ ਆ ਜਦੋਂ ਕੁਝ ਹੋ ਜਾਂਦਾ ਉਹਨੂੰ ਚੱਕਣ ਵਾਲਾ ਕੋਈ ਨਹੀਂ ਮੌਤ ਹੋ ਜਾਂਦੀ ਹੈ ਮੈਂਟਲ ਹੈਲਥ ਇਸ਼ੂਜ਼ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਸਟਰਗਲ ਕਰ ਰਿਹਾ ਐ ਐਡਿਕਸ਼ਨ ਦੇ ਨਾਲ ਤੇ ਅਨਟਰੀਟਡ ਮੈਂਟਲ ਹੈਲਥ ਇਸ਼ੂਜ਼ ਆ ਟਰੀਟਮੈਂਟ ਤੱਕ ਲੋਕਾਂ ਦੀ ਪਹੁੰਚ ਹੀ ਨਹੀਂ ਹੈ ਸਾਰਿਆਂ ਦੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਜਾਣਾ ਕਿੱਥੇ ਆ ਜਾਂ ਇਹਦੇ ਵਿੱਚ ਕ੍ਰਿਮਲਾਈਜ਼ੇਸ਼ਨ ਦਾ ਇੱਕ ਸਟਿਗਮਾ ਆ ਜਿਹੜਾ ਕਿ ਇਹ ਇਦਾਂ ਦੇ ਹੁੰਦੇ ਆ ਜਿਹੜੀ ਹਾਊਸਿੰਗ ਦੀ ਇਨਸਟੇਬਿਲਿਟੀ ਹੈ ਲੋਕਾਂ ਦਾ ਪਤਾ ਹੀ ਨਹੀਂ ਘਰ ਘਾਟ ਹੈ ਨਹੀਂ ਕਿੱਥੇ ਰਹਿਣਾ ਕਿੱਥੇ ਕੀ ਮਿਲਣਾ ਹੈ ਜਿਹੜੀ ਹਾਰਮ ਰਿਡਕਸ਼ਨ ਵੀ ਐਨ ਐਡਿਕੁਏਟਾ ਉਹ ਵੀ ਪੂਰੇ ਨਹੀਂ ਹੈ ਇਹ ਸਾਰੇ ਕਾਰਨ ਬਣਦੇ ਆ ਜਿਹਦੇ ਨਾਲ 1749 ਲੋਕਾਂ ਦੀ ਮੌਤ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਪਟੈਂਬਰ ਮਹੀਨੇ ਦੇ ਵਿੱਚ ਹੋਈ ਹੈ ਜਿਹੜੀ ਇੱਕ ਗਿਣਤੀ ਭਾਵੇਂ ਪਿਛਲੇ ਸਾਲ ਨਾਲੋਂ ਘੱਟ ਹੈ ਪਰ ਫਿਰ ਵੀ ਕਾਫੀ ਜ਼ਿਆਦਾ ਦੱਸੀ ਜਾ ਰਹੀ ਹੈ ਅਗਲੀ ਗੱਲਬਾਤ ਬੀਸੀ ਦੀ ਰਾਜਨੀਤੀ ਬਾਰੇ ਬੀਸੀ ਦੇ ਵਿੱਚ ਤੁਹਾਨੂੰ ਪਤਾ ਕਿ ਇਸ ਵੇਲੇ ਐਨਡੀਪੀ ਕੋਲ 46 ਸੀਟਾਂ ਆ 45 ਕੰਜ਼ਰਵਟਿਵ ਕੋਲ ਆ ਤੇ ਦੋ ਜਿਹੜੀਆਂ ਉਹ ਗ੍ਰੀਨ ਪਾਰਟੀ ਕੋਲ ਆ ਪਹਿਲਾਂ ਤਾਂ ਜਿਹੜੀਆਂ 100 ਤੋਂ ਘੱਟ ਸੀਟਾਂ ਨੇ ਦੋ ਜਿੱਥੇ 100 ਤੋਂ ਘੱਟ ਵੋਟਾਂ ਦਾ ਫਰਕ ਆ ਉਹਨਾਂ ਤੇ ਵੋਟਾਂ ਗਿਣਾਂ ਹੋਣਗੀਆਂ ਜੇ ਤੇ ਉਹ ਪਲਟ ਗਈਆਂ ਦੂਜੇ ਪਾਸੇ ਐਨਡੀਪੀ ਤੋਂ ਕੰਜ਼ਰਵਟਿਵ ਕੋਲ ਚਲੇ ਗਈਆਂ ਤਾਂ ਬੜੀ ਸਿੱਧੀ ਗੱਲ ਆ ਕਿ ਉਹਨਾਂ ਦੀਆਂ 47 ਸੀਟਾਂ ਪੂਰੀਆਂ ਹੋ ਜਾਣੀਆਂ ਉਹਨਾਂ ਦੀ ਸਰਕਾਰ ਬਣ ਜਾਣੀ ਆ ਮੰਨ ਲਓ ਸਥਿਤੀ ਇਦਾਂ ਹੀ ਰਹਿੰਦੀ ਆ ਕਿਉਂਕਿ ਉਹ ਇਲੈਕਟ੍ਰੋਨਿਕ ਟੈਬੂਲੇਟਰ ਦੇ ਨਾਲ ਮੋਟਾਂ ਜਿਹੜੀਆਂ ਐਤੀ ਗਿਣੀਆਂ ਆ ਭੁਲੇਖਾ ਲੱਗਣ ਦੇ ਚਾਂਸ ਘਟਿਆ ਆ ਜਾਂ ਜੇ ਕਹਿ ਲੋ ਕਿ ਜਿਹੜੀਆਂ ਵੋਟਾਂ ਗਿਣ ਹੋਣ ਵਾਲੀਆਂ ਹਜੇ ਰਹਿੰਦੀਆਂ 50000 ਜੇ ਉਹ ਗਿਣ ਗਿਣੀਆਂ ਜਾਂਦੀਆਂ ਉਹਦੇ ਨਾਲ ਰਿਜ਼ਲਟ ਬਦਲ ਜਾਂਦੇ ਫਿਰ ਕੀ ਹੋਊਗਾ ਜੇ ਆਹੀ ਸਥਿਤੀ ਰਹਿੰਦੀ ਹੈ ਇੱਕ ਤੇ ਇਹਦੇ ਵਿੱਚ ਇਹ ਹੋ ਸਕਦਾ ਕਿ ਜਿਹੜੀ ਗ੍ਰੀਨ ਪਾਰਟੀ ਕਿਹਦੇ ਨਾਲ ਜਾਂਦੀ ਆ ਹੁਣ ਗ੍ਰੀਨ ਪਾਰਟੀ ਦੇ ਹੁਣ ਤੱਕ ਜਿਹੜੀ ਸੂਚਨਾ ਇਹ ਆਈ ਹੈ ਕਿ ਉਹਦੇ ਜ਼ਿਆਦਾ ਚਾਂਸ ਐਨਡੀਪੀ ਨਾਲ ਜਾਣਦੇ ਆ ਹਾਲਾਂਕਿ ਉਹਨਾਂ ਤੱਕ ਸੋਨੀਆ ਫਸਟਨੋ ਜਿਹੜੀ ਇਹਨਾਂ ਦੀ ਲੀਡਰ ਆ ਗ੍ਰੀਨ ਪਾਰਟੀ ਦੀ ਦੋ ਐਮਐਲਏ ਇਹਨਾਂ ਦੇ ਜਿੱਤੇ ਆ ਦੋਹਾਂ ਨੇ ਉਹਦੇ 'ਚ ਯਕੀਨ ਪ੍ਰਗਟ ਕੀਤਾ ਕਿ ਅਸੀਂ ਇਹਦੇ ਨਾਲ ਇਹਦੀ ਲੀਡਰਸ਼ਿਪ ਦੇ ਥੱਲੇ ਸਾਰਾ ਕੁਝ ਠੀਕ ਆ ਸੋਨੀਆ ਫਸਟਨੋ ਨੇ ਇਹ ਕਿਹਾ ਕਿ ਉਹਨਾਂ ਦੀ ਡੇਵਿਡ ਏਵੀ ਦੇ ਨਾਲ ਗੱਲ ਹੋਈ ਆ ਹੁਣ ਜਦੋਂ ਇਲੈਕਸ਼ਨ ਦਾ ਰਿਜ਼ਲਟ ਕਲੀਅਰ ਹੋ ਜੂਗਾ ਸਾਰਾ ਕੁਝ ਸਪਸ਼ਟ ਹੋ ਜੂਗਾ ਵੋਟਾਂ ਗਿਣੀਆਂ ਜਾਣਗੀਆਂ ਪਤਾ ਲੱਗ ਜੂਗਾ ਉਸਦਾ ਕਿਸੇ ਪਾਰਟੀ ਦੀ ਬਿਨਾਂ ਗ੍ਰੀਨ ਤੋਂ ਸਪੋਰਟ ਸਪੋਰਟ ਤੋਂ ਸਰਕਾਰ ਬਣ ਜੇ ਤੇ ਹੋ ਸਕਦਾ ਜਿਹੜੀ ਆ ਉਹ ਇੱਕ ਪਾਰਟੀ ਅੱਗੇ ਆ ਜੇ ਉੱਥੇ ਫਿਰ ਜਿਹੜਾ ਇਹ ਉਹ ਕਹਿੰਦੇ ਵੀ ਜਿਹੜੀ ਗ੍ਰੀਨ ਪਾਰਟੀ ਨੇ ਹੁਣ ਤੱਕ ਜਿਹੜੀ ਜਾਣਕਾਰੀ ਦਿੱਤੀ ਆ ਵੀ ਅਸੀਂ ਉਹਦੇ ਤੋਂ ਬਾਅਦ ਫੈਸਲਾ ਕਰਾਂਗੇ ਅਸੀਂ ਕਿਹਦੇ ਨਾਲ ਜਾਣਾ ਹੈ ਤੇ ਦੂਜੀ ਜਿਹੜੀ ਗੱਲਬਾਤ ਇਹ ਦੱਸੀ ਆ ਉਹ ਕਹਿੰਦੇ ਡੇਵਿਡ ਡੀਵੀ ਦੇ ਨਾਲ ਗੱਲਬਾਤ ਹੋਈ ਆ ਤੇ ਉਹ ਅਸੀਂ ਜਿਹੜਾ ਵੇਟ ਕਰ ਰਹੇ ਆ ਫਾਈਨਲ ਪ੍ਰੋਵਿੰਸ਼ਲ ਇਲੈਕਸ਼ਨ ਰਿਜ਼ਲਟ ਦੀ ਦੂਜੀ ਗੱਲ ਇਹਦੇ ਵਿੱਚ ਮਹੱਤਵਪੂਰਨ ਇਹ ਕਿ ਜੌਨ ਰਸ਼ਰ ਨੇ ਵੀ ਸੋਨੀਆ ਫਾਸਟ ਨੂੰ ਫੋਨ ਕੀਤਾ ਕਿਉਂਕਿ 45 ਉਹਨਾਂ ਕੋਲੇ ਵੀ ਹੈਗੀਆਂ 2 ਜੇ ਉਹਨਾਂ ਨਾਲ ਰਲ ਜਾਣ ਤੇ 47 ਉਹਨਾਂ ਦੀਆਂ ਹੋ ਜਾਂਦੀਆਂ ਐਨਡੀਪੀ ਪਿੱਛੇ ਰਹਿ ਜਾਂਦੀ ਆ ਉਹ ਕਹਿੰਦੇ ਸੋਨੀਆ ਫਸਟ ਨੇ ਫੋਨ ਚੱਕਿਆ ਨਹੀਂ ਉਹਨਾਂ ਦਾ ਉਹ ਕਹ੍ਯੋ ਨੇ ਆ ਵੀ ਮੈਨੂੰ ਨੰਬਰ ਪਤਾ ਨਹੀਂ ਸੀ ਕਿਹਦਾ ਸੀ ਮੈਨੂੰ ਪਤਾ ਨਹੀਂ ਲੱਗਾ ਤੇ ਪਰ ਉਹਨਾਂ ਨੇ ਦੱਸਿਆ ਕਿ ਜੇ ਅਸੀਂ ਇਹਨਾਂ ਦੇ ਨਾਲ ਜਾਂਦੇ ਆ ਜੌਨ ਰਸਟਲਡ ਦੇ ਨਾਲ ਤਾਂ ਸਾਨੂੰ ਜਿਹੜੀਆਂ ਕਾਫੀ ਚੇਂਜੇਸ ਆ ਇਹਨਾਂ ਨੂੰ ਉਹਦੇ ਵਿੱਚ ਕਰਨੀਆਂ ਪੈਣਗੀਆਂ ਸੋ ਸੰਭਾਵਨਾ ਕੀ ਆ ਪਤਾ ਨਹੀਂ ਪਰ ਭਾਵੇਂ ਕਿ ਆਪਣੀ ਇਹ ਸੀਟ ਹਾਰ ਗਈ ਐ ਸੋਨੀਆ ਫਸਟ ਨੂੰ ਪਰ ਜਿਹੜੇ ਦੋ ਇਹਨਾਂ ਦੇ ਐਮਐਲਏ ਨੇ ਉਹਨਾਂ ਨੇ ਆਪਣਾ ਭਰੋਸਾ ਇਹਨਾਂ ਦੇ ਵਿੱਚ ਦੱਸਿਆ ਕਿ ਸਾਡੀ ਫੁੱਲ سپورਟ ਆ ਲੀਡਰਸ਼ਿਪ ਦੇ ਵਿੱਚ ਤੇ ਹੁਣ ਜਦੋਂ ਫਾਈਨਲ ਰਿਜ਼ਲਟ ਆਉਣਗੇ ਉਸ ਤੋਂ ਬਾਅਦ ਦੇਖਿਆ ਜਾਊਗਾ ਕਿ ਕੀ ਬਣਦਾ ਪਰ ਉਹ ਕਹਿੰਦੇ BCNDP ਦੇ ਲੀਡਰ ਡੇਵ ਡੀਬੀ ਨਾਲ ਗੱਲਬਾਤ ਕੀਤੀ ਹੈ ਪਰ ਬੇਸਿਕ ਕੰਜ਼ਰਵਟਿਵ ਆ ਗੁਜੌਨ ਰਸਟਡ ਦਾ ਫੋਨ ਉਹਨਾਂ ਨੂੰ ਨੰਬਰ ਨਹੀਂ ਪਤਾ ਸੀ ਤੇ ਉਹਨਾਂ ਨੇ ਗੱਲਬਾਤ ਉਹਨਾਂ ਦੇ ਨਾਲ ਨਹੀਂ ਕੀਤੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ